ਸਿੱਕੇ ਵੀਰ ਜੀ, ਸਾਰਿਆਂ ਨੂੰ ਜਗਰੀਟ ਫਾਰਮ 'ਤੇ ਬਹੁਤ ਬਹੁਤ ਵੈਲਕਮ ਆ। ਅਤੇ ਅੱਜ ਆਪਣੇ ਕੋਲ ਇੱਕ ਗਾਂ ਅਤੇ ਆਪਾਂ ਤੁਹਾਨੂੰ 13 ਝੋਟੀਆਂ ਦਿਖਾਉਣੀਆਂ ਅਤੇ ਇੱਕ ਆਪਣੇ ਕੋਲ ਤੋਕਰ ਕੱਢਣੇ ਆ। ਅਤੇ ਬਾਕੀ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਝੋਟੀ ਜਿਹੜੀ ਆ ਆਪਾਂ ਪਹਿਲਾਂ ਜਿਹੜੀ 8 ਮਹੀਨੇ ਦੀ ਕੱਢਣੇ ਆ, ਉਹ 2 ਮਹੀਨੇ ਖੱਚੀ, ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਅਤੇ ਬਾਕੀ ਬਾਈ ਜੀ ਕਰ ਦਿਆਂਗਾ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਜੀ ਬਾਈ? ਹਾਂਜੀ ਹਾਂਜੀ, ਠੀਕ ਠਾਕ। ਹੋਰ ਸੁਣਾਓ ਬਾਈ ਜੀ? ਸਭ ਠੀਕ ਠਾਕ। ਅਤੇ ਕਿੰਨੇ ਨਾਗ ਆਪਣੇ ਕੋਲ ਅੱਜ? 3 ਝੋਟੀਆਂ ਜਦੋਂ ਇੱਕ ਵੈਟ ਜੋ ਇੱਕ ਵੈਟ ਹੈ। ਅਤੇ ਆਪਾਂ ਇੱਦਾਂ ਕਰੀਏ, ਆਪਾਂ ਉਧਰੋਂ ਸ਼ੁਰੂ ਕਰ ਲਈਏ। ਆਪਾਂ ਆਪਣੇ ਇੱਕ ਝੋਟੀ ਵੱਲੋਂ ਜਿਹੜੀ 8 ਮਹੀਨੇ ਦੀ ਕੱਢਣੇ ਆ। ਅਤੇ ਇਹ ਦੰਦੋ ਕਿੰਨਾ ਬਾਈ ਜੀ ਆਪਣੀ ਇਹ ਝੋਟੀ ਜਿਹੜੀ ਆ? ਦੰਦੋਂ ਦੁੰਦੀ ਜੋ ਅਜੇ ਦੁੰਦੀ, ਦੋ ਦੰਦ। ਅਤੇ ਇਹ ਵੀ ਉਧਰੋਂ ਹਿਸਾਬ ਤੋਂ ਆਈ ਆ? ਹਾਂਜੀ ਹਾਂਜੀ, ਇਹ 8 ਮਹੀਨੇ ਦੀ ਗੱਭਣ ਜੋ 8 ਮਹੀਨੇ ਦੀ ਗੱਭਣ ਆ। ਲਓ ਜੀ, 8 ਮਹੀਨੇ ਦੀ ਝੋਟੀ ਆ ਗਈ। ਅਤੇ ਜੇ ਆਪਾਂ ਪਿੱਠ ਪੁੜੇ ਦੀ ਗੱਲ, ਜੇ ਕੱਦ ਕੁੱਦ ਦੀ ਕਰੀਏ, ਹਾਈਟ ਦੀ ਗੱਲ ਕਰ ਲਈਏ, ਅਤੇ ਬੋਡੀ ਬਿਲਕੁਲ ਫੁੱਲ ਸਾਈਜ਼ ਜਿਹਨੂੰ ਕਹਿੰਦੇ ਆ। ਅਤੇ ਇਹਨੂੰ ਇੱਕ ਵਾਰੀ ਖੋਲ ਕੇ ਦਿਖਾ ਲਿਓ ਮੇਰਾ ਵੀਰ, ਆ ਮੋਟੇ ਖੋਲੀ ਮੇਰਾ ਵੀਰ। ਅਤੇ ਝੋਟੀ ਜਿਹੜੀ ਆ ਬਿਲਕੁਲ ਚੈਂਪੀਅਨ ਝੋਟੀ ਆ, ਅਤੇ ਹਿਸਾਬ ਤੋਂ ਆਈ ਹੈ ਝੋਟੀ। ਅਤੇ ਬਾਕੀ 8 ਮਹੀਨੇ ਦੀ ਕੱਢਣ ਆ, 2 ਮਹੀਨੇ ਲੈ ਖੱਚੀ ਆ ਝੋਟੀ। ਦੇਖੋ ਜੀ, ਅਤੇ ਬਾਈ ਜੀ, ਮੈਂ ਕਿੱਦਾਂ ਇਹਦਾ ਮੁੱਲ ਮੱਲ ਜਾ ਰਹੀ ਹੈ? ਬਿਲਕੁਲ ਮੁੱਲ ਇਹਦਾ 1.5 ਲੱਖ ਜੋ, ਉਦੋਂ 2000 ਦਾ ਮੈਂ ਅੰਤਰ ਕਰ ਦਾਂਗੇ। ਅੱਛਾ ਜੀ, 1.5 ਲੱਖ? ਹਾਂਜੀ, 1.5 ਲੱਖ। ਨਹੀਂ, 1.5 ਹੀ ਨਾ ਦਈਏ ਬਾਈ ਜੀ। ਨਹੀਂ, ਝੋਟੀ ਚੈਂਪੀਅਨ ਆ, ਚੈਂਪੀਅਨ ਤੇ ਹੈਗੇ ਝੋਟੀ। ਆਪਾਂ ਇੱਦਾਂ ਕਰੀਏ, 1,45,000 ਦੀ ਦੇ ਦਈਏ, 5,000 ਰੁਪਇਆ ਛੋੜ ਕਰ। ਚਲੋ 1,45,000 ਦੇ। ਲਓ ਜੀ, 1,45,000 ਦੀ ਝੋਟੀ ਆ ਗਈ, ਟੌਪ ਕਲਾਸ ਚੈਂਪੀਅਨ। ਜੇ ਸਿੰਘ ਦੀ ਗੱਲ ਕਰ ਲਈਏ, ਰੁਪਈਆ ਵੀ ਨਹੀਂ ਲੰਘਦਾ। ਤੇ ਬਾਕੀ ਜਿਹੜੀ ਕੁਆਲਿਟੀ ਕਬੂਲਤੀ ਬਹੁਤ ਆ। ਤੇ ਮੇਰਾ ਵੀ ਦਿਖਾ ਦੇ, ਕਰੀ ਪਿੱਠ ਪੁੱਠ ਦਿਖਾ ਦੇ, ਲਾਗੇ ਖਲੋ ਕੇ ਦਿਖਾ ਦੇ ਮੇਰਾ ਵੀ ਮੋਟੇ, ਮੇਰਾ ਵੀ ਲਾਗੇ ਖੋਈ ਇਹਦੇ। ਜਿਹੜੀ ਕੱਦ ਦੀ ਗੱਲ ਕਰ ਲਈਏ, ਬਿਲਕੁਲ ਕੱਦ ਕੁੱਦ ਫੁੱਲ ਸਾਈਜ਼ ਨੂੰ ਕਹਿੰਦੇ ਨੇ। ਲਓ ਜੀ, ਤੇ ਬਾਈ ਜੇ ਮਤਲਬ ਹੀਰਾ ਹੀ ਜਿਹਨੂੰ ਹੀਰਾ ਕਹਿੰਦੇ ਨੇ, ਹੀਰਾ। 1,45,000। ਹਾਂਜੀ। ਤੇ ਅੱਗੇ 2 ਨੰਬਰ ਤੇ ਆ ਗਈ ਬਾਈ ਜੀ, ਇਹ ਟੋਕਰ ਗੱਭਣ ਜੋ। ਟੋਕਰ ਗੱਭਣ ਕਿੰਨੇ ਜਲਦੀ ਹੈ ਬਾਈ ਜੀ? ਇਹ 8 ਮਹੀਨੇ ਦੀ ਗੱਭਣ ਤੇ 8-9 ਕਿਲੋ ਦੁੱਧ ਹੈਗਾ ਜੀ। 8 ਕਿਲੋ ਦੁੱਧ। ਲਓ ਜੀ, 8 ਮਹੀਨੇ ਦੀ ਗੱਭਣ ਆ ਗਈ ਜੀ, ਤੇ ਦੁੱਧ ਵੀ ਹੈਗਾ ਜੋ 7-8 ਕਿਲੋ। ਤੇ ਬਾਕੀ ਖੋਲ ਕੇ ਦਿਖਾ ਦਿੰਦੇ ਆ, ਤੇ ਚੈਂਪੀਅਨ ਇਹ ਵੀ ਚੈਂਪੀਅਨ ਹੀ ਆ। ਤੇ ਕਿਲਵਾ ਸੂਆ ਕਿਲਵਾ ਬਾਈ ਜਰਾ? ਸੂਆ ਦੂਜਾ ਜੋ। ਦੂਜਾ ਦੂਜਾ ਖੋਲ ਦੇ ਬਾਈ, ਖੋਲ ਦੇ। ਲਓ ਜੀ, ਪਿੱਠ ਪੁੜੇ ਦੀ ਕੁਆਲਿਟੀ ਬਹੁਤ ਚੰਗੀ ਆ, ਹਾਈਟ ਉਠ ਲੈਂਥ ਸਿੰਘ ਸੁੰਘ ਦੀ। ਬਾਕੀ ਗੱਲ ਇਹ ਆ ਵੀ 8 ਮਹੀਨੇ ਦੀ ਗੱਭਣ ਆ, ਤੇ ਦੁੱਧ ਵੀ ਹੈਗਾ ਵਾ। ਤੇ ਬਾਕੀ ਦਿਖਾ ਦੇ ਮੇਰਾ ਵੀ ਥਾਂ ਥੂੰ ਦੀ ਕੁਆਲਿਟੀ ਦਿਖਾ ਦੇ। ਤੇ ਬਿਲਕੁਲ ਮੁੱਠੀ ਵਾਲਾ ਥਾਂ ਆ ਗਿਆ। ਤੇ ਇਹਦਾ ਫਿਰ ਮੁੱਲ ਬਾਈ? ਫਿਰ ਇਹਦਾ ਮੁੱਲ 1,10,000 ਜੋ। 1,10,000? ਹਾਂਜੀ, 8 ਮਹੀਨੇ ਦੀ ਗੱਭਣ ਤੇ 8 ਕਿਲੋ ਦੁੱਧ ਹੈਗਾ ਜੋ। 8 ਕਿਲੋ ਬਿਲਕੁਲ ਹਾਜ਼ਰ। ਹਾਂਜੀ, ਲਓ, 8 ਮਹੀਨੇ ਦੀ ਗੱਭਣ, 8 ਕਿਲੋ ਦੁੱਧ ਆ ਗਿਆ ਜੀ, ਤੇ 1,10,000 ਰੁਪਇਆ। ਲੱਖ ਦੀ ਝੋਟੀ ਹੈਗੀ, ਟੌਪ ਕਲਾਸ ਜਿਹਨੂੰ ਕਹਿੰਦੇ ਨੇ। ਤੇ ਬਾਈ ਜੀ ਵੇਖੋ ਜੀ, ਅੱਜ ਮੁੱਲ ਵੀ ਜਾ ਗਿਆ, ਤੇ ਝੋਟੀਆਂ ਵੀ ਟੌਪ ਕਲਾਸ ਆ, ਤੇ ਟੋਕਣ ਕੱਪੜ ਸਪੈਸ਼ਲ ਜਿਹਨੂੰ ਕਹਿੰਦੇ ਨੇ। ਬਾਕੀ ਸਿਰ ਤੋਂ ਲੈ ਕੇ ਪੈਰਾਂ ਤੱਕ ਕਦੀ ਦਿਖਾ ਦੇ ਮੇਰਾ ਵੀਰ, ਐ ਮਿਲਕ ਪੈਂਟ ਬਹੁਤ ਚੰਗੀ ਲੱਗੀ ਇਹਨੂੰ। ਤੇ ਪਿੱਠ ਪੁੜੇ ਦੀ ਕੁਆਲਿਟੀ ਕੁਆਲਿਟੀ ਬਿਲਕੁਲ ਜੈੱਡ ਬਲੈਕ ਚ। ਤੇ ਅੱਗੇ ਆ ਗਏ ਬਾਈ ਜੀ ਸੂਈ ਸਵਾਈ, ਇਹਨੂੰ 3 ਦਿਨ ਜੋ ਸੂਈ ਨੂੰ। ਲਓ ਜੀ, 3 ਦਿਨ ਦੀ ਸੂਈ ਆ ਗਈ ਜੀ। ਤੇ ਕਿੰਨਾ ਕੁ ਬੋਲਾ ਬੜਾ ਬਾਈ ਜੀ ਇਹਦੇ? ਕੋ 11-12 ਲੀਟਰ ਜੇ ਹੈਗਾ ਜੇ ਬੋਲਾ, 3 ਦਿਨ ਜੋ ਸੂਈ ਨੂੰ। 3 ਦਿਨ ਸੂਈ ਨੂੰ, ਤੇ 11-12 ਕਿਲੋ ਬੋਲਾ। ਤੇ ਬਾਕੀ ਚਵਾ ਚਵੂ ਦੇ ਕਿੱਦਾਂ? ਬਿਲਕੁਲ ਪੋਲੀ ਨੂੰ, ਬਿਲਕੁਲ ਜੈੱਡ ਬਲੈਕ ਝੋਟੀ ਆ ਗਈ, ਸਿੰਘ ਸੁੰਘ ਦੀ ਕੁਆਲਿਟੀ ਦਿਖਾ ਦੇ ਮੇਰਾ ਵੀਰ। ਤੇ ਬਾਕੀ ਪਿੱਠ ਪੁੜੇ ਦੀ ਬਹੁਤ ਚੰਗੀ ਆ, ਹੁਣ ਬਿਲਕੁਲ 12 ਕਿਲੋ ਹਾਜ਼ਰ ਹੈ ਬਿਲਕੁਲ ਬਾਈ। ਪੂਰਾ 12 ਕਿਲੋ ਹਾਜ਼ਰ, ਤਿਆਰ ਹੈ। ਲਓ ਜੀ, 12 ਕਿਲੋ ਆ ਗਿਆ ਜੀ, ਖੋਲ ਕੇ ਦਿਖਾ ਦੇ ਮੇਰਾ ਵੀਰ। ਝੋਟੀ ਚੈਂਪੀਅਨ ਝੋਟੀ ਆ ਗਈ ਜੀ, ਬਾਕੀ ਜੈੱਡ ਬਲੈਕ ਝੋਟੀ ਆ। ਤੇ 12 ਕਿਲੋ ਮਗਰੇ ਕਿੰਨਾ ਚਵਾ ਜਾਏਗੀ ਫਿਰ ਬਾਈ? ਇਹ 16-17 ਲੀਟਰ ਚਵਾ ਦੂਗੀ। 16 ਕਿਲੋ ਚਵਾ ਜਾਏਗੀ ਦੁੱਧ। ਤੇ ਬਿਲਕੁਲ ਐ ਪਿੱਠ ਪੁੜੇ ਦੀ ਕੁਆਲਿਟੀ ਬਹੁਤ ਚੰਗੀ ਆ, ਹਾਈਟ ਲੈਂਥ। ਤੇ ਫਿਰ ਜੀ ਇਹਦੀ ਬਾਈ ਮੁੱਲ ਦੀ ਗੱਲ ਕਰ ਲਈਏ ਆਪਾਂ।
ਮੋਲੇ ਦਾ ਜਾਈ ਕੋ 1,45,000 1,45,000 ਛੋਟ ਛੜ ਛੋਟ 2,000 ਕਰ ਦਾਂਗੇ 2,000 ਛੱਡਣਾ ਬਾਈ ਜੀ 2,000 ਬਹੁਤ ਛੋਟ ਮੁੱਲ ਹੀ ਉਹਨਾਂ ਪਾਇਆ ਤਾਂ ਮੁੱਲ ਹੀ ਜਾਜ ਪਾਇਆ ਬਾਈ ਜੀ ਨੇ ਹੈ ਲਓ ਜੀ 1,43,000 ਦੀ ਬਾਈ ਜੀ ਨੇ ਇਹਨੇ ਦੇਣਾਗੇ 1,45 ਮੁੱਲ ਆ ਤੇ 2,000 ਰੁਪਏ ਦਾ ਮਾਨਦਾਨ ਹੋ ਜੂਗਾ ਜੀ 1,45 ਦੀ 12 ਕਿਲੋ ਬਿਲਕੁਲ ਹਾਜ਼ਰ ਆ 12 ਕਿਲੋ ਹਾਜ਼ਰ ਦੁੱਧ ਤਿਆਰ ਰੁਕੋ ਕੰਡੇ ਤੇ ਚਾੜਵਾ ਤਿਆਰ ਲਓ ਜੀ ਕੰਡੇ ਤੇ ਚਾੜਵਾ ਜੈਡ ਬਲੈਕ ਤੇ ਬਾਕੀ ਬਰੀਕੀਆਂ ਬਰੂਕੀਆਂ ਬਹੁਤ ਹੈ ਝੋਟੇ ਚ ਤੇ ਬਾਕੀ ਮਿਲਕ ਪਲਾਂਟ ਦਿਖਾ ਦੇ ਥਾਂ ਥੋਂ ਦੀ ਬਾਕੀ ਜੇ ਬਾਕੀ ਚੋਣ ਚਾਂ ਦੀ ਬਿਲਕੁਲ ਚੋਣ ਪੋਲੀ ਤੁਹਾਨੂੰ ਧਾਰਾ ਮਾਰ ਕੇ ਦਿਖਾ ਦੇ ਵਿਖਾਲ ਦੇ ਮੇਰਾ ਵੀ ਧਾਰਾ ਧੂਰਾ ਮਾਰ ਕੇ ਇਹ ਵੀ ਜਵਾਬ ਫਮਾ ਮਾਰ ਕੇ ਇੱਕ ਵਾਰੀ ਦਿਖਾ ਦੇ ਤੇ ਬਿਲਕੁਲ ਐ ਥਾਂ ਥੋਂ ਦੀ ਕਵਾਲੀ ਦੇ ਮੁੱਠੀ ਵਾਲਾ ਥਾਂ ਆ ਗਿਆ ਤੇ ਪੋਲੀ ਬਿਲਕੁਲ ਜਾਉਣਿਆ ਬਾਕੀ ਜਵਾਬ ਹਮਾਰੀ ਬਿਲਕੁਲ ਓਕੇ ਆ ਤੇ ਬਾਕੀ ਜੇ ਥਾਂ ਦੀ ਗੱਲ ਕਰੀਏ ਥਾਂ ਕੁਆਲਿਟੀ ਬਹੁਤ ਚੰਗੀ ਆ ਲਓ ਜੀ ਮਗਲੇ ਦਿਖਾ ਦੇ ਮੇਰਾ ਵੀਰੋ ਵੇਖੋ ਜੀ ਇਹ ਗਮ ਗਮ ਆਉਂਦੀ ਹੈ ਜੀ ਲਓ ਜੀ ਐ ਬਿਲਕੁਲ ਪੋਲੀ ਪਾਲੀ ਆ ਬਿਲਕੁਲ ਚਵਾਈ ਬੜੀ ਲੱਗੀ ਲਓ ਜੀ ਚਵਾਈ ਬਹੁਤ ਚੰਗੀ ਹੈ ਜੀ ਬੱਗੀ ਬੱਗੀ ਪਾਈ ਜਾਂਦਾ ਤੇ ਚਲੋ ਜੀ 1,43,000 ਦੀ 45 ਮੁੱਲ ਆ 2,000 ਰੁਪਇਆ ਬਿਲਕੁਲ ਮਾਨਦਾਨ ਬਾਈ ਜੀ ਨਹੀਂ ਆਉਂਦੇ ਆ ਤੇ ਬਿਲਕੁਲ ਭਾਅ ਵੀ ਜਾਇਆ ਤੇ ਅੱਗੇ ਆ ਗਈ ਵੱਛੀ ਇਹ ਪਹਿਲਾਂ ਵੱਛੀ ਚੋਗੀ ਲਓ ਜੀ ਪਹਿਲਾ ਸੁਆ ਆ ਗਿਆ ਜੀ 4 ਦੰਦ ਮੂੰਹ ਦੀ ਵੱਛੀ ਆ ਤੇ ਮਗਰ ਕੀ ਆ ਗਿਆ ਰੇ ਬਾਈ ਜੀ ਵੱਛਾ ਜੇ ਮਗਰ ਲਓ ਜੀ ਵੱਛਾ ਮਗਰ ਆ ਗਿਆ ਤੇ ਦੁੱਧ ਕਿੰਨਾ ਜਿਹੜਾ ਮੌਕੇ ਤੇ ਦੁੱਧ ਦੇਖੋ 16 ਲੀਟਰ ਹੈਗਾ ਜੀ ਹੁਣ 16 ਕਿਲੋ ਬਿਲਕੁਲ ਹਾਜ਼ਰ ਹਾਜ਼ਰ ਦੁੱਧ ਲਓ ਜੀ ਖੋਲ ਕੇ ਤੋਰਦੇ ਮੁੰਡੇ ਲਓ ਜੀ 16 ਕਿਲੋ ਵਾਲੀ ਆ ਗਈ ਵੱਛੀ ਬਿਲਕੁਲ ਜੇ ਡੱਬ ਦੀ ਗੱਲ ਕਰ ਲਈਏ ਬਿਲਕੁਲ ਘਰ ਘਰ ਡੱਬ ਲੱਗੇ ਆ ਤੇ ਬਿਲਕੁਲ ਨਸਲ ਫਰੀਦ ਬਿਲਕੁਲ ਓਕੇ ਆ ਮੂੰਹ 4 ਦੰਦੇ ਆ ਤੇ ਬਾਈ ਬਿਲਕੁਲ 16 ਕਿਲੋ ਜਿਹੜਾ ਕੰਡੇ ਵਿੱਚ ਚੜਵਾ ਚਾਰਾਂ ਦੁੱਧ ਕੰਡੇ ਵਾਲਾ ਹੀ ਆ ਲਓ ਜੀ ਕੰਡੇ ਵਾਲਾ ਤੇ ਬਾਕੀ ਜੇ ਬੇਲ ਪੁੱਲ ਦੀ ਗੱਲ ਕਰ ਲਈਏ ਹਾਈਟ ਲੈਂਥ ਬਿਲਕੁਲ ਓਕੇ ਆ ਲੈ ਲੈ ਬਾਈ ਲੈ ਆ ਮੋੜ ਲਿਆ 10 ਦਿਨਾਂ ਦੀ ਸੂਈ ਹੈ ਜੇ ਬੱਚੇ ਲਓ ਜੀ 10 ਦਿਨ ਦੀ ਸੂਈ ਆ ਤੇ ਬਿਲਕੁਲ ਜਿਹੜਾ 16 ਕਿਲੋ ਡੱਬੇ ਮਾਰਵਾ ਤੇ ਬਾਕੀ ਅੱਧੀ ਕੁਆਲੀ ਥਾਂ ਦੀ ਕੁਆਲੀ ਬਿਲਕੁਲ ਐ ਮੁੱਠੀ ਵਾਲਾ ਥਾਂ ਆ ਗਿਆ ਜਿਹਨੂੰ ਪਹਿਲਾ ਸੂਬਾ ਆ ਗਿਆ ਤੇ ਫਿਰ ਇਹਦੀ ਜੇ ਮੁੱਲ ਦੀ ਗੱਲ ਕਰ ਲਈਏ ਮੋਲੇ ਦਾ 72,000 ਰੁਪਏ ਦੀ ਹਾਂਜੀ 72,000 72,000 ਰੁਪਇਆ ਤੇ ਦੇਣੀ ਕਿੰਨੇ ਦੀ ਹੈ ਕਰ ਦਾਂਗੇ ਯਾਰ 2,000 ਦਾ ਮਾਨ ਤਾਂ 72,000 ਮੁੱਲ ਆ ਬਾਕੀ ਛੋੜ ਕਿੰਨੀ ਕਰਦੇ ਆ ਛੋੜੇ ਚ ਖੁੱਲੀ ਕਰਦੇ ਮੇਰਾ ਵੀ ਛੋੜ ਖੁੱਲੀ ਕਰਦਾ ਕੋਈ ਗੱਲ ਕਿੰਨੀ ਕਰਦੇ ਆ ਮੇਰਾ ਵੀ 5,000 ਕਰ ਦਾਂਗੇ ਛੋਟ ਨਹੀਂ 5 ਨਹੀਂ ਵੱਧ ਕਰ ਮੇਰਾ ਵੀ ਖਾਣ ਵੇਖੋ ਤੁਸੀਂ ਕਿਹੜਾ ਲੱਗਾ ਮੱਛੀ ਇਹ ਵੀਰੇ ਪੂਰੀ 72 ਮੁੱਲ ਆ ਤੇ ਪੂਰੀ 60,000 ਦੀ ਮੱਛੀ ਦੇਣਾਗੇ ਲਓ ਜੀ ਜਵਾਬ ਸਮਾਂ ਦਿਖਾ ਦੇ ਮੇਰਾ ਵੀਰੇ ਮੁੱਲ ਪਾਈ ਨਾ 72,000 ਰੁਪਇਆ ਪੂਰੇ 60 ਦੀ ਛੋੜ ਖੁੱਲੀ ਕਰ ਦਿੰਦੇ ਆ ਕਹੋ ਜੀ ਸਾਜਨ ਜੀ ਠੀਕ ਹੈ ਹਾਂ ਬਾਕੀ ਜਵਾਬ ਸਮਾਂ ਦਿਖਾ ਦੇ ਸਾਜਨ ਵੀਰ ਆਪਣੇ ਨਾਲ ਆ ਅੱਜ ਤੇ ਸਾਜਨ ਜੀ ਮੱਛੀ ਕਿੰਨਾ ਵਾ ਵੱਛੀ ਭਾਜੀ ਟੌਪ ਕਲਾਸ ਟੌਪ ਕਲਾਸ ਹੈ ਨਾ ਬਾਕੀ ਥਾਂ ਥੋਂ ਦੀ ਕੁਆਲੀ ਬਹੁਤ ਚੰਗੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਸਾਰੀ ਚੰਗੀ ਭਾਜੀ ਹਾਂਜੀ ਕੁਆਲੀ ਛੋੜੀ ਖੁੱਲੀ ਕਰ ਦੇਣੀ ਹੈ ਜਿੱਦਾਂ ਮਤਲਬ ਹਰ ਵੀਡੀਓ ਬੰਦੇ ਕਹਿੰਦੇ ਨਾ ਛੋੜ ਇੰਨੇ ਜੀ ਇੰਨਾ ਮੁੱਲ ਇੰਨੇ ਦੀ ਦੇ ਦੇਣੀ ਹੈ 72 ਮੁੱਲ ਕਿਹਦਾ 60 ਦੀ ਵੱਛੀ ਦੇ ਦੇਣੀ ਹੋਰ ਮਾਨਤਾਨ ਹੋ ਜੂਗਾ ਭਾਜੀ 2,000 ਦਾ ਹੋਰ ਕਰਦਾ ਹੋਰ ਕਰ ਦੋਗੇ 2,000 ਲਓ ਜੀ ਸਾਜਨ ਨੇ ਕਹਿੰਦਾ 2,000 ਹੋਰ ਕਰ ਦਾਂਗੇ ਸਾਜਨ 65,000 ਦੀ ਵੱਛੀ ਦੀ ਹੈ 55,000 ਦੀ ਭਾਈ ਲਓ ਜੀ 55,000 ਦੀ 55,000 ਲਓ ਜੀ 55,000 ਰੁਪਇਆ ਜੇ ਸਾਜਨ ਵੀਰ ਨੇ ਮਾਨਦਾਨ ਕਰਦਾ ਜਵਾਬ ਸਮਾਨ ਬਿਲਕੁਲ ਓਕੇ ਜੀ ਲਓ ਜੀ 16 ਲੀਟਰ ਤਿਆਰ ਹੈ 16 ਕਿਲੋ ਤਿਆਰ ਆ ਤੇ ਕਿੰਨੇ ਜੀ ਹੁਣ 55 ਦੀ ਫਾਈਨਲ ਹੈ ਬਾਈ ਜੀ
ਸਪੈਸ਼ਲ ਕੱਢੀ ਜਿਹਨੂੰ ਕਹਿੰਦੇ ਨੇ, ਜੇ ਕੋਈ ਵੀਰ ਭਰਾ ਵੇਖੋ ਜੀ ਵੀਡੀਓ ਚੱਲਦੀ ਮੰਗ ਸਕਦਾ ਵਾ, 2 ਮਹੀਨੇ ਸਾਂਭ ਉਹਦੀ ਤੇ ਇਹਦੀ ਤੋਕੜ ਗੱਬਨ ਦੀ ਵੀ 2 ਮਹੀਨੇ ਸਾਂਭਿਆ, ਦੋ ਮਹੀਨੇ ਸਾਂਭਣੇ। ਹੋਰ ਬਾਈ ਜੀ? ਹਾਂਜੀ ਹਾਂਜੀ ਵਧੀਆ ਵਧੀਆ। ਤੇ ਪਿੰਡ ਡੋਗਰਿਆ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਨੰਬਰ ਹੈਗਾ 98-7-4-15-1-27। ਤੇ ਬਾਕੀ ਸਾਰਿਆਂ ਵੀਰਾਂ ਭਰਾ ਨੂੰ ਪਤਾ ਵੀ ਜਗਰੀਬ ਮੇਰੀ ਫਰਮ ਤੇ ਮੇਰਾ ਸਾਰੇ ਵੀਰ ਭਰਾ ਚਲੋ ਜਾਣਦੇ ਆ ਤੇ ਫੋਨ ਤੇ ਸੰਪਰਕ ਕਰ ਲੈਣ ਮੇਰਾ ਵੀਰ। ਤੇ ਠੀਕ ਹੈ ਬਾਈ ਜੀ, ਲੈ ਜੂਗਾ ਝੋਟੀ 5 ਲੱਖ ਦੀ ਆ ਤਿਆਰ ਹੋਈ। ਸਹੀ ਗੱਲ ਹੈ ਬਾਈ ਜੀ, ਸਹੀ ਗੱਲ ਹੈ, ਝੋਟੀ ਟੌਪ ਕਲਾਸ ਜਿਹਨੂੰ ਕਹਿੰਦੇ ਆ। 3 ਲੱਖ ਦੀ ਆਪਾਂ ਵਾਪਸ ਲੈ ਲਾਂਗੇ ਤਿਆਰ ਹੋਈ, 2 ਮਹੀਨੇ ਸਾਂਭੀ। ਲਓ ਜੀ, ਲਓ ਜੀ, 3 ਲੱਖ ਦੀ ਵਾਪਸੀ। ਤੇ ਠੀਕ ਹੈ ਬਾਈ ਜੀ। ਹਾਂਜੀ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।